ਸਾਡੀਆਂ ਮਾਵਾਂ ਭੈਣਾਂ ਦੇ ਜਿਹੜੇ ਉਹਨਾਂ ਦੀ ਇਨਸਪੀਰੇਸ਼ਨ ਹੈ ਉਹਨਾਂ ਦੇ ਜਿਹੜੇ ਉਹਨਾਂ ਦਾ ਹੌਸਲਾ ਦੇਖ ਕੇ ਇਹ ਮੋਦੀ ਨੂੰ ਡਰ ਲੱਗ ਰਿਹਾ ਹੁਣ। ਧਰਨੇ ਨੇ ਅਸੀਂ ਆਉਂਦੇ ਰਹਾਂਗੇ, ਸਾਡੀਆਂ ਚਾਹੇ ਜਾਨਾਂ ਚਲੀਆਂ ਜਾਣ। ਜਿਹੜਾ ਮੋਦੀ ਹੈ ਨਾ ਇਹ ਬੰਦ ਲੈ ਫਿਰਦਾ, ਇਹਨੂੰ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਰਾਂਗਾ। ਮੋਦੀ ਹੈਗਾ ਇਹ ਸਾਰਾ ਕੁਝ ਇਕੱਲਾ ਨਹੀਂ ਕਰ ਰਿਹਾ, ਇੱਕ ਆਰਐਸਐਸ ਨਾਮ ਦੀ ਗੁੰਡਾ ਫੋਰਸ ਉਹਦੇ ਪਿੱਛੇ ਲੱਗੀ ਹੋਈ ਹੈ। ਜਿਹੜਾ ਉਹ ਅੰਬਾਨੀ ਦੀ ਘਰ ਵਾਲੀ ਹੈਗੀ ਉਹਨੂੰ ਗੋਡੀ ਹੱਥ ਲਾਉਂਦਾ ਹੈਗਾ, ਸ਼ਰਮ ਤਾਂ ਇਹਦੇ ਪੱਲੇ ਹੈ ਨਹੀਂ। ਜਿੰਨਾ ਚਿਰ ਇਹ ਵਾਪਸ ਨਹੀਂ ਲੈ ਕੇ ਜਾਂਦਾ ਹੈਗਾ, ਚਾਹੇ ਸਾਨੂੰ ਅਗਲੀ ਦੀਵਾਲੀ ਇੱਥੇ ਕਿਉਂ ਨਾ ਮਨਾਉਣੀ ਪੈ ਜੇ, ਅਸੀਂ ਮਨਾਵਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਅਮਨਦੀਪ ਸਿੰਘ ਮਾਝਾ। ਕਿਸਾਨਾਂ ਦੇ ਧਰਨੇ ਲਗਾਤਾਰ ਚੱਲ ਰਹੇ ਨੇ, ਲਗਾਤਾਰ ਜਾਰੀ ਨੇ। ਸੋ ਤੁਹਾਨੂੰ ਦੱਸ ਦਈਏ ਕਿ ਟੋਲ ਪਲਾਜ਼ੇ ਲਗਾਤਾਰ ਜਾਮ ਨੇ, ਗੱਡੀਆਂ ਸਿੱਧੀਆਂ ਜਾ ਰਹੀਆਂ ਨੇ ਬਿਨਾਂ ਪਰਚੀ ਕਟਾਏ, ਬਿਨਾਂ ਪੈਸੇ ਦਿੱਤੇ। ਸੋ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਬਠਿੰਡਾ ਰੋਡ 'ਤੇ ਅਸੀਂ ਖੜ੍ਹੇ ਹਾਂ, ਕਾਲਾ ਝਾੜ ਟੋਲ ਪਲਾਜ਼ਾ ਦੇ ਚਾਹੇ। ਕਿਸਾਨਾਂ ਦੇ ਸੀਜ਼ਨ ਚੱਲ ਰਹੇ ਨੇ, ਝੋਨਾ ਵੱਢਿਆ ਜਾ ਰਿਹਾ, ਕਣਕ ਦੀ ਬਿਜਾਈ ਹੋ ਰਹੀ ਆ। ਪਰ ਤੁਹਾਨੂੰ ਦਿਖਾਉਣਿਆਂ ਪਿੱਛੇ ਸਟੇਜ ਵੀ ਲੱਗੀ ਹੋਈ ਆ, ਸਟੇਜ 'ਤੇ ਵੱਡੀ ਗਿਣਤੀ ਵਿੱਚ ਔਰਤਾਂ, ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚੇ ਹੋਏ ਨੇ ਅਤੇ ਧਰਨਾ ਲਗਾਤਾਰ ਜਾਰੀ ਆ। ਸਾਡੇ ਨਾਲ ਔਰਤਾਂ ਵੀ ਪਹੁੰਚੀਆਂ ਹੋਈਆਂ ਨੇ, ਨੌਜਵਾਨ ਕਿਸਾਨ ਆਗੂ ਪਹੁੰਚੇ ਹੋਏ ਨੇ। ਸੋ ਵੱਡੀ ਗਿਣਤੀ 'ਚ ਸਾਡੇ ਕੋਲ ਨਵਜੋਤ ਕੌਰ ਚੰਨੋ ਪਹੁੰਚੇ ਨੇ, ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਹਾਂਜੀ ਨਵਜੋਤ ਜੀ, ਕੀ ਕਹੋਗੇ? ਤੁਸੀਂ ਧਰਨਿਆਂ 'ਤੇ ਬੈਠੋ, ਘਰ ਦੇ ਕੰਮ ਛੱਡ ਕੇ ਤੁਸੀਂ ਧਰਨਿਆਂ 'ਤੇ ਆਏ ਹੋਏ ਹੋ, ਪਰ ਸਰਕਾਰ ਪਿੱਛੇ ਨਹੀਂ ਹਟ ਰਹੀ, ਸਰਕਾਰ ਚੁੱਪ ਚਾਪ ਆ, ਕੀ ਕਰੋਗੇ ਜੇ ਸਰਕਾਰ ਪਿੱਛੇ ਨਹੀਂ ਹਟੂਗੀ? ਸਰਕਾਰ ਪਿੱਛੇ ਨਹੀਂ ਹਟੂਗੀ, ਅਸੀਂ ਵੀ ਉਹਨਾਂ 'ਚ ਆਪਦੇ ਜਿਹੜੇ ਧਰਨੇ ਨੇ ਅਸੀਂ ਆਉਂਦੇ ਰਹਾਂਗੇ, ਸਾਡੀਆਂ ਚਾਹੇ ਜਾਨਾਂ ਚਲੀਆਂ ਜਾਣ, ਪਰ ਜਿਹੜੀਆਂ ਸਾਡੇ ਜ਼ਮੀਨਾਂ 'ਤੇ ਕਬਜ਼ੇ ਅਸੀਂ ਇਹਨਾਂ ਦੇ ਹੋਣ ਨਹੀਂ ਦੇਣੇ ਹੈਗੇ। ਸਰਕਾਰ ਕਿਉਂ ਨਹੀਂ ਚੁੱਪ ਨਹੀਂ ਹੈਗੀ? ਸਰਕਾਰ ਜਿਹੜਾ ਮੋਦੀ ਹੈ ਨਾ ਇਹ ਬੰਦ ਲੈ ਫਿਰਦਾ, ਇਹਨੂੰ ਸਮਝ ਨਹੀਂ ਆ ਰਹੀ ਵੀ ਮੈਂ ਕੀ ਕਰਾਂਗਾ। ਸਰਕਾਰ 'ਤੇ ਸਾਡੇ ਧਰਨਿਆਂ ਦਾ ਪੂਰਾ ਅਸਰ ਪੈ ਰਿਹਾ, ਕਿਉਂਕਿ ਦੇਖੋ ਮੋਦੀ ਨੂੰ ਪੰਜਾਬੀ 'ਚ ਟਵੀਟ ਕਰਨ ਦੀ ਕੋਈ ਲੋੜ ਨਹੀਂ ਸੀਗੀ, ਮੋਦੀ ਨੂੰ ਦਾੜੀ ਰੱਖਣ ਦੀ ਕੋਈ ਲੋੜ ਨਹੀਂ ਸੀ। ਮੋਦੀ ਨੇ ਦੱਬ ਕੇ ਕਿਉਂ ਮਾਰੇ ਨੇ ਵੀ ਮੈਂ ਆਪਦੇ ਬਿਆਨ ਵਾਪਸ ਨਹੀਂ ਲੈਂਦਾ ਹੈਗਾ? ਮੋਦੀ ਨੇ ਜਿਹੜੀਆਂ ਰੇਲ ਗੱਡੀਆਂ ਨੇ ਉਹ ਕਿਉਂ ਬੰਦ ਕੀਤੀਆਂ ਨੇਗੀਆਂ? ਜਿਹੜਾ 1 ਕਰੋੜ ਦਾ ਇਹਨੇ ਹੁਣ ਕੀਤਾ ਹੈਗਾ ਨਵਾਂ ਐਲਾਨ ਵੀ ਮੈਂ 1 ਕਰੋੜ ਦਾ ਜਿਹੜਾ ਜੁਰਮਾਨਾ ਲਾਊਂਗਾ ਅਤੇ 5 ਸਾਲ ਦੀ ਸਜ਼ਾ ਕਰੂੰਗਾ, ਉਹ ਕਿਉਂ ਕੀਤੀ ਹੈ? ਉਹਨੂੰ ਸਿਰਫ ਡਰ ਲੱਗਦਾ ਹੈ ਸਾਡੇ ਸੰਘਰਸ਼ਾਂ ਦੇ ਇਕੱਠ ਦੇਖ ਕੇ, ਸਾਡੀਆਂ ਮਾਵਾਂ ਭੈਣਾਂ ਦੇ ਜਿਹੜੇ ਉਹਨਾਂ ਦੀ ਇਨਸਪੀਰੇਸ਼ਨ ਹੈ ਉਹਨਾਂ ਦੇ ਜਿਹੜੇ ਉਹਨਾਂ ਦਾ ਹੌਸਲਾ ਦੇਖ ਕੇ ਇਹ ਮੋਦੀ ਨੂੰ ਡਰ ਲੱਗ ਰਿਹਾ ਹੁਣ, ਇਹ ਰਸਤੇ ਲੱਭ ਰਿਹਾ ਵੀ ਮੈਂ ਕਿੱਧਰ ਨੂੰ ਜਾਵਾਂ, ਕੀ ਕਰਾਂ, ਤਾਂ ਕਰਕੇ ਇਹ ਐਵੇਂ ਦੀਆਂ ਜਿਹੜੀਆਂ ਮਤਲਬ ਬੌਲੀਆਂ ਗੱਲਾਂ ਨੇਗੀਆਂ ਉਹ ਕਰ ਰਿਹਾ ਹੈਗਾ। ਨਵਜੋਤ ਜੀ, ਤੁਸੀਂ ਪੜ੍ਹੇ ਲਿਖੇ ਹੋ, ਪਰ ਮੋਦੀ ਸਰਕਾਰ ਕਹਿ ਰਹੀ ਆ ਕਿ ਇਹ ਬਿੱਲ ਨੇ ਜਿਹੜੇ ਇਹ ਕਾਨੂੰਨ ਬਣਾਏ ਨੇ ਇਹ ਕਿਸਾਨਾਂ ਦੇ ਹੱਕ ਦੇ ਨੇ, ਕਿਸਾਨਾਂ ਦੀ ਆਮਦਨ ਦੁੱਗਣੀ ਹੋਊ, ਕੀ ਕਹੋਗੇ? ਨਹੀਂ, ਜੇ ਸਾਡੇ ਹੱਕ ਦੇ ਹੁੰਦੇ ਤਾਂ ਅਸੀਂ ਆਪ ਇਹਨਾਂ ਦਾ ਸਾਥ ਦਿੰਦੇ, ਪਰ ਹੁਣ ਤੁਸੀਂ ਹੋਰ ਜਿਹੜੀਆਂ ਸਟੇਟਾਂ ਨੇਗੀਆਂ ਜਿਵੇਂ ਯੂਪੀ ਬਿਹਾਰ ਵਾਲੀਆਂ ਨੇ ਉਹਨਾਂ ਕੋਲ ਆਪਦੀਆਂ ਜ਼ਮੀਨਾਂ ਨੇ, ਪਰ ਫਿਰ ਵੀ ਉਹ ਇੱਥੇ ਆ ਕੇ ਦਿਹਾੜੀ ਕਿਉਂ ਕਰਦੇ ਨੇ? ਕਿਉਂਕਿ ਉੱਥੇ ਮੰਡੀ ਕਰਨੀ ਹੈਗਾ, ਉਹਨਾਂ ਦੀਆਂ ਜਿਹੜੀਆਂ ਫਸਲਾਂ ਦੇ ਭਾਅ ਨੇ ਉਹ ਰੁਲਦੀਆਂ ਨੇਗੀਆਂ ਸੜਕਾਂ 'ਤੇ, ਤਾਂ ਕਰਕੇ ਇੱਥੇ ਆਉਂਦੇ ਨੇ। ਬਾਕੀ ਰਹੀ ਗੱਲ ਦੂਸਰੀ, ਸਰਕਾਰਾਂ ਨੇ ਸਾਡੇ ਨਾਲ ਸ਼ੁਰੂ ਤੋਂ ਧੋਖੇ ਕੀਤੇ ਨੇ, ਪਹਿਲਾਂ ਇਹ ਲਾਲਚ ਦਿੰਦੇ ਨੇ ਸਾਨੂੰ, ਕਹਿੰਦੇ ਨੇ ਤੁਹਾਡੇ ਇਹ ਭਲੇ ਲਈ ਚੀਜ਼ ਆ, ਤੁਹਾਨੂੰ ਇਹ ਫਾਇਦਾ ਕਰੂਗੀ, ਪਰ ਬਾਅਦ ਵਿੱਚ ਉਹ ਚੀਜ਼ ਦਾ ਜਿਹੜਾ ਸਾਡੇ 'ਤੇ ਨੁਕਸਾਨ ਹੁੰਦਾ ਹੈਗਾ ਉਹ ਮਤਲਬ ਬਿਆਨ ਵੀ ਨਹੀਂ ਹੋ ਸਕਦਾ। ਪਹਿਲਾਂ ਇਹ ਹਰੀ ਕ੍ਰਾਂਤੀ ਲੈ ਕੇ ਆਏ, ਇਨਸੈਕਟੀਸਾਈਡਸ, ਪੈਸਟੀਸਾਈਡਸ, ਇਰੀਗੇਸ਼ਨ ਫੈਸਿਲਿਟੀਜ਼, ਜੋ ਇਹ ਨਵੀਂ ਮਸ਼ੀਨਰੀ ਲੈ ਕੇ ਆਏ ਨੇ, ਚਲੋ ਪ੍ਰੋਡਕਸ਼ਨ ਇਹਨਾਂ ਦੀ ਵੱਧ ਗਈ, ਪਰ ਜਿਹੜੀਆਂ ਸਾਡੀਆਂ ਜ਼ਮੀਨਾਂ ਤੀਆਂ ਇਹ ਆਦੀ ਹੋ ਗਈਆਂ, ਜਿਹੜੀਆਂ ਫਸਲਾਂ ਸੀਗੀਆਂ, ਜਿਹੜਾ ਅਨਾਜ ਅੱਜ ਉਹ ਵੀ ਜ਼ਹਿਰੀਲਾ ਹੋ ਗਿਆ, ਲੋਕਾਂ ਨੂੰ ਇੰਨੀਆਂ ਇੰਨੀਆਂ ਬਿਮਾਰੀਆਂ ਲੱਗ ਗਈਆਂ, ਇਹਨਾਂ ਦੇ ਸੈਕੰਡਰੀ ਅਤੇ ਟਰਸ਼ਰੀ ਸੈਕਟਰ 'ਚ ਵਾਧਾ ਹੋ ਗਿਆ, ਇਹਨਾਂ ਦੇ ਇੰਡਸਟਰੀਅਲ ਸੈਕਟਰ ਨੂੰ ਵਾਧਾ ਹੋਇਆ, ਇਹਨਾਂ ਦੀਆਂ ਬੈਂਕਾਂ ਨੂੰ ਵਾਧਾ ਹੋਇਆ, ਪਰ ਜਿਹੜੇ ਸਾਡੇ ਵਰਗੇ ਆਮ ਕਿਸਾਨ ਸੀਗੇ ਉਹ ਜਿਹੜੇ ਇਹਨਾਂ ਦੇ ਕਰਜ਼ੇ ਦੇ ਥੱਲੇ ਦੱਬੇ ਗਏ ਅਤੇ ਅੱਜ ਵੱਡੇ ਪੱਧਰ 'ਤੇ ਉਹ ਰੋਜ਼ ਖੁਦਕੁਸ਼ੀਆਂ ਕਰ ਰਹੇ ਨੇ, ਉਹ ਵੀ ਇਹਨਾਂ ਸਰਕਾਰਾਂ ਕਰਕੇ, ਇਸ ਲਈ ਅਸੀਂ ਇਹਨਾਂ 'ਤੇ ਕੋਈ ਵੀ ਯਕੀਨ ਨਹੀਂ ਕਰਦੇ। ਸਰਕਾਰ ਕਿਉਂ ਰਹੀ ਕਹਿ ਰਹੀ ਆ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ, ਕਾਰਪੋਰੇਟ ਘਰਾਣੇ ਨੂੰ ਫਾਇਦਾ ਕਿਉਂ ਦੇਣਾ ਚਾਹੁੰਦੇ ਨੇ, ਤੁਸੀਂ ਇਹ ਵੀ ਗੱਲ ਕਹੀ ਆ? ਕਿਉਂਕਿ ਉਹ ਜਿਹੜੇ ਮੋਦੀ ਹੈਗਾ ਇਹ ਸਾਰਾ ਕੁਝ ਇਕੱਲਾ ਨਹੀਂ ਕਰ ਰਿਹਾ, ਇੱਕ ਆਰਐਸਐਸ ਨਾਮ ਦੀ ਗੁੰਡਾ ਫੋਰਸ ਉਹਦੇ ਪਿੱਛੇ ਲੱਗੀ ਹੋਈ ਹੈ। ਕਾਰਪੋਰੇਟ ਘਰਾਣੇ ਨੇ ਜਿਹੜੇ ਉਹਨਾਂ ਨਾਲ ਮਿਲਿਆ ਹੋਇਆ ਹੈ ਮੋਦੀ, ਜਿਹੜਾ ਉਹ ਅੰਬਾਨੀ ਦੀ ਘਰ ਵਾਲੀ ਹੈਗੀ ਉਹਨੂੰ ਗੋਡੀ ਹੱਥ ਲਾਉਂਦਾ ਹੈਗਾ, ਸ਼ਰਮ ਤਾਂ ਇਹਦੇ ਪੱਲੇ ਹੈ ਨਹੀਂ। ਜਿਹੜਾ ਬੰਦਾ ਆਪਦੀ ਫੈਮਿਲੀ ਨਹੀਂ ਸੰਭਾਲ ਸਕਿਆ ਉਹ ਪੂਰਾ ਦੇਸ਼ ਕਿਵੇਂ ਸੰਭਾਲੂਗਾ?
ਤੁਹਾਨੂੰ ਕੀ ਲੱਗਦਾ ਪਿਛਲੇ 1 ਮਹੀਨੇ ਤੋਂ ਲਗਾਤਾਰ ਧਰਨੇ ਜਾਰੀ ਨੇ ਸੰਘਰਸ਼ ਹੋ ਰਹੇ ਨੇ ਕਿਸਾਨ ਸੜਕਾਂ ਤੇ ਨੇ ਪਰ ਮੋਦੀ ਸਰਕਾਰ ਪਿੱਛੇ ਨਹੀਂ ਹਟ ਰਹੀ ਚੁੱਪਚਾਪ ਸਗੋਂ ਤੁਸੀਂ ਗੱਲ ਕਰੀਏ ਵੀ 1 ਕਰੋੜ ਜੁਰਮਾਨੇ ਵਾਲੀ ਗੱਲ 5 ਸਾਲ ਸਜ਼ਾ ਵਾਲੀ ਉਹ ਸਟੈਪ ਹੁਣ ਚੱਕ ਰਹੇ ਨੇ ਕਿਉਂ ਚੱਕ ਰਹੇ ਨੇ ਕੀ ਲੱਗਦਾ ਉਹ ਪਿੱਛੇ ਨਹੀਂ ਹਟੇ ਉਹ ਤਾਂ ਅੱਗੇ ਵੱਧ ਰਹੇ ਨੇ ਪਿੱਛੇ ਹਟਣ ਵਾਲੀ ਤਾਂ ਕੋਈ ਗੱਲ ਨਹੀਂ ਪਹਿਲਾਂ ਇਹਨੇ GST ਲਾਇਆ ਇਹਨੇ ਜੰਮੂ ਕਸ਼ਮੀਰ ਤੇ ਕਿੰਨਾ ਕਹਿਰ ਗੁਜ਼ਾਰਿਆ ਟੋਲ ਪਲਾਜ਼ੇ ਲਾਤੇ ਨੋਟਬੰਦੀ ਚ ਸਾਡੇ ਕਿੰਨੇ ਹੀ ਆਮ ਲੋਕ ਸੀ ਜਿਹੜੇ ਮਰ ਗਏ ਠੀਕ ਹੈ ਸ਼ਹੀਦ ਹੋ ਗਏ ਤੇ ਉਸ ਤੋਂ ਬਾਅਦ ਉਦੋਂ ਅਸੀਂ ਇਹਨੂੰ ਕੁਝ ਵੀ ਨਹੀਂ ਕਿਹਾ ਨਾ ਹੀ ਕੋਈ ਖੜਾ ਹੋਇਆ ਨਾ ਹੀ ਖਿਲਾਫ ਬੋਲਿਆ ਤਾਂ ਕਰਕੇ ਹੁਣ ਇਹਨੂੰ ਐਵੇਂ ਹੈਗਾ ਵੀ ਮੈਂ ਇਹ ਜੇ ਦਬ ਕੇ ਮਾਰੂੰਗਾ ਇਹ ਜੇ ਵੀ ਇਹਨਾਂ ਨੂੰ ਔਖਾ ਕਰੂੰਗਾ ਵੀ ਰੇਲ ਗੱਡੀਆਂ ਬੰਦ ਕਰਤੀਆਂ ਵੀ ਇਹਦੇ ਨਾਲ ਆਮ ਲੋਕ ਨੇ ਜਿਹੜੇ ਉਹ ਦੁਖੀ ਹੋਣਗੇ ਤੇ ਸੰਘਰਸ਼ਾਂ ਤੋਂ ਉੱਠ ਜਾਣਗੇ ਸਿਰਫ ਆ ਚੀਜ਼ਾਂ ਲਈ ਸਾਨੂੰ ਡਰਾਉਣ ਲਈ ਸਾਨੂੰ ਧਮਕਾਉਣ ਲਈ ਸਾਡੇ ਸੰਘਰਸ਼ ਨੇ ਜਿਹੜੇ ਉਹਨਾਂ ਦੇ ਇਕੱਠ ਘਟਾਉਣ ਲਈ ਇਹ ਜਿਹੀਆਂ ਗੰਦੀਆਂ ਨੀਤੀਆਂ ਅਪਣਾ ਰਿਹਾ ਹੈਗਾ ਅਸਲ ਵਿੱਚ ਇਹ ਜੀ ਕੋਈ ਗੱਲ ਨਹੀਂ ਮੋਦੀ ਦੇ ਵੀ ਪੈਰਾਂ ਥੱਲੇ ਅੱਗ ਲੱਗੀ ਹੋਈ ਹੈਗੀ ਵੈਸੇ ਪਹਿਲਾਂ ਕਿਸਾਨ ਆਗੂ ਵੱਡੀ ਉਮਰ ਦੇ ਕਿਸਾਨ ਆਗੂ ਦੇਖਣ ਨੂੰ ਮਿਲਦੇ ਸੀ ਧਰਨੇ 'ਚ ਪਰ ਨੌਜਵਾਨ ਦੇਖਣ ਨੂੰ ਮਿਲਦੇ ਨੇ ਤੁਸੀਂ ਆਏ ਹੋ ਤਾਂ ਸੋ ਸੀਜ਼ਨ ਚੱਲ ਰਿਹਾ ਗਿਣਤੀ ਦੇਖੀਏ ਔਰਤਾਂ ਦੀ ਗਿਣਤੀ ਬਹੁਤ ਵੱਡੀ ਗਿਣਤੀ ਇੱਥੇ ਪਹੁੰਚਿਆ ਯਾਨੀ ਕਿ ਤੁਸੀਂ ਮੋਰਚੇ ਹੁਣ ਸਾਂਭੇ ਨੇ ਕਿੰਨਾ ਕੁ ਸਮਾਂ ਇਹ ਮੋਰਚੇ ਤੁਸੀਂ ਸਾਂਭ ਕੇ ਰੱਖੋਗੇ ਅਸੀਂ ਜਿੰਨਾ ਚਿਰ ਇਹ ਮੋਦੀ ਆਪਦੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦਾ ਜਿੰਨਾ ਚਿਰ ਇਹ ਜਿਹੜੇ ਤਿੰਨੇ ਨੇ ਆਰਡੀਨੈਂਸ ਸਾਡੇ ਮੌਤ ਦੇ ਵਾਰੰਟੇ ਨੇ ਜਾਰੀ ਕੀਤੇ ਨੇ ਜਿੰਨਾ ਚਿਰ ਇਹ ਵਾਪਸ ਨਹੀਂ ਲੈ ਕੇ ਜਾਂਦਾ ਹੈਗਾ ਚਾਹੇ ਸਾਨੂੰ ਅਗਲੀ ਦੀਵਾਲੀ ਇੱਥੇ ਕਿਉਂ ਨਾ ਮਨਾਉਣੀ ਪੈ ਜੇ ਅਸੀਂ ਮਨਾਵਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਆਉਣ ਵਾਲੇ ਸਮੇਂ 'ਚ ਹੋਰ ਧਰਨੇ ਤਿੱਖੇ ਕਰੇ ਜਾਣਗੇ ਕਿਸਾਨ ਯੂਨੀਅਨ ਕਹਿੰਦੀਆਂ ਨੇ ਤੁਸੀਂ ਪੂਰਾ ਸਾਥ ਦੇਵੋਗੇ ਪੂਰੀਆਂ ਔਰਤਾਂ ਵੀ ਇੱਥੇ ਕਿਸਾਨ ਔਰਤਾਂ ਬੈਠਣਗੀਆਂ ਰੋਡਾਂ ਦੇ ਉੱਪਰ ਐਵੇਂ ਅਸੀਂ ਪੂਰਾ ਸਾਨੂੰ ਕੁਝ ਵੀ ਕੋਈ ਸਾਨੂੰ ਧੁੱਪ ਦਾ ਕਿਸੇ ਕੋਈ ਤੱਤੀਆਂ ਸੜਕਾਂ ਦਾ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਅਸੀਂ ਡਟ ਕੇ ਜਿਵੇਂ ਸਾਡੀ ਜਥੇਬੰਦੀ ਸਾਨੂੰ ਹੁਕਮ ਕਰੂਗੀ ਅਸੀਂ ਉਹਨਾਂ ਦੇ ਪੂਰਾ ਪੂਰਾ ਉਹਨਾਂ ਦਾ ਸਾਥ ਦੇਵਾਂਗੇ ਉਹਨਾਂ ਦੀਆਂ ਕਈਆਂ ਗੱਲਾਂ ਅਸੀਂ ਮੰਨਾਂਗੇ ਉਹਨਾਂ ਦੇ ਜੋ ਉਹ ਕਹਿੰਦੇ ਨੇ ਉਹਦੇ ਉਹ ਗੱਲ ਤੇ ਪੂਰਾ ਅਸੀਂ ਪਹਿਰਾ ਦੇਵਾਂਗੇ ਰਾਜਨੀਤੀ ਪਾਟ ਗਈਆਂ ਪਾਰਟੀਆਂ ਕਹਿ ਰਹੀਆਂ ਨੇ ਕਿ ਅਸੀਂ ਕਿਸਾਨਾਂ ਨਾਲ ਹਰਸਿਮਰਤ ਕੌਰ ਬਾਦਲ ਨੇ ਵੀ ਕੁਰਸੀ ਛੱਡੀ ਉਹਨਾਂ ਨੇ ਕਿਹਾ ਕਿ ਅਸੀਂ ਬਿਲਕੁਲ ਪਿੱਛੇ ਨਹੀਂ ਹਟਦੇ ਕਿਸਾਨਾਂ ਦੇ ਨਾਲ ਆ ਅਸੀਂ ਸਾਡਾ ਸਟੈਂਡ ਕਿਸਾਨਾਂ ਦਾ ਕੀ ਲੱਗਦਾ ਤੁਹਾਨੂੰ ਉਹ ਵੀ ਤੁਹਾਡੇ ਨਾਲ ਨੇ ਕਹਿਣ ਨੂੰ ਤਾਂ ਮੈਂ ਜੋ ਮਰਜ਼ੀ ਕਹੀ ਜਾਵਾਂ ਇਹ ਕਹਿਣ ਨਾਲ ਗੱਲਾਂ ਨਹੀਂ ਬਣਦੀਆਂ ਜਦੋਂ ਇਹਨਾਂ ਨੇ ਸਾਈਨ ਕੀਤੇ ਨੇਗੇ ਉਦੋਂ ਤਾਂ ਇਹਨਾਂ ਨੂੰ ਦਿਖਿਆ ਨਹੀਂ ਉਦੋਂ ਬਾਅਦ ਇਹ ਤਾਂ ਜਦੋਂ ਸਾਡੀ ਕਿਸਾਨ ਜਥੇਬੰਦੀ ਨੇ ਉਹਨਾਂ ਦੇ ਉੱਥੇ ਜਾ ਕੇ ਧਰਨਾ ਲਾਇਆ ਉਹਨਾਂ ਦੀ ਹਿੱਕ ਤੇ ਗੋਡਾ ਰੱਖਿਆ ਫਿਰ ਅਸਤੀਫਾ ਦਿੱਤਾ ਨਹੀਂ ਕੁਰਸੀ ਛੱਡਣੀ ਕਿੰਨੀ ਔਖੀ ਹੈ ਜੰਮੀ ਵੀ ਨਹੀਂ ਛੱਡਦੇ ਤੇ ਇਹ ਤਾਂ ਸਿਰਫ ਖੇਖਣ ਕਰਦੇ ਫਿਰਦੇ ਨੇ 2022 ਦੀਆਂ ਵੋਟਾਂ ਦਾ ਡਰ ਹੈ ਇਹਨਾਂ ਨੂੰ ਤਾਂ ਕਰਕੇ ਆਉਂਦੇ ਨੇ ਉਰੇ ਨਹੀਂ ਇਹਨਾਂ ਨੂੰ ਆਉਣ ਦੀ ਤਾਂ ਕੋਈ ਲੋੜ ਨਹੀਂ ਸੀ ਬਸ ਖੇਖਣ ਕਰਦੇ ਨੇ ਵੀ ਲੋਕਾਂ ਨੂੰ ਭੋਲੇ ਭਾਲੇ ਲੋਕ ਨੇ ਦੁਆਰੇ ਫਿਰ ਪਿੱਛੇ ਲਾ ਲਓ ਵੋਟਾਂ ਲੈ ਕੇ ਫਿਰ ਤੁਸੀਂ ਕੌਣ ਅਸੀਂ ਕੌਣ ਕੇਂਦਰ ਸਰਕਾਰ ਨੂੰ ਨਵਜੋਤ ਜੀ ਕੀ ਸਲਾਹ ਦਵੋਗੇ ਕੀ ਸਲਾਹ ਦਵੋਗੇ ਕਿ ਕਿਸਾਨ ਸੜਕਾਂ ਤੇ ਬੈਠੇ ਨੇ ਕਿ ਕੀ ਕਰਨ ਉਹ ਕੀ ਤੁਸੀਂ ਸੁਝਾਅ ਦਵੋਗੇ ਕੇਂਦਰ ਸਰਕਾਰ ਨੂੰ ਮੈਂ ਇਹੀ ਸੁਝਾਅ ਦਊਂਗੀ ਵੀ ਜਿਹੜੇ ਇਹਨਾਂ ਨੇ ਸਾਡੇ ਮੌਤ ਦੇ ਵਾਰੰਟ ਜਾਰੀ ਕੀਤੇ ਨੇ ਜਿਹੜੀਆਂ ਮੋਦੀ ਰੋਜ਼ ਆਗੂ ਗਲ ਰਿਹਾ ਵੀ ਇਹਨੂੰ ਵਾਪਸ ਲੈ ਲਵੇ ਨਹੀਂ ਤਾਂ ਜਿਹੜੇ ਸਾਡੇ ਸੰਘਰਸ਼ ਨੇ ਇਹ ਹੋਰ ਤਿੱਖੇ ਕੀਤੇ ਜਾਣਗੇ ਅਸੀਂ ਇਹ ਬਿਲਕੁਲ ਨਾ ਸੋਚ ਲਏ ਕੇਂਦਰ ਸਰਕਾਰ ਵੀ ਅਸੀਂ ਉੱਠ ਖੜਾਂਗੇ ਕਿ ਅਸੀਂ ਥੱਕ ਜਾਵਾਂਗੇ ਜਾਂ ਫਿਰ ਇਹ ਕੁਝ ਮਰਜ਼ੀ ਕਰ ਲੈਣ ਨਾ ਅਸੀਂ ਪੁਲਿਸ ਤੋਂ ਡਰਦੇ ਨਾ ਅਸੀਂ ਲਾਠੀ ਚਾਰਜ ਅਸੀਂ ਕਿਸੇ ਚੀਜ਼ ਤੋਂ ਨਹੀਂ ਡਰਦੇ ਅਸੀਂ ਆਪਦੇ ਹੱਕ ਲੈ ਕੇ ਰਹਾਂਗੇ ਸੋ ਨੌਜਵਾਨ ਕਿਸਾਨ ਲੜਕੀਆਂ ਵੀ ਇੱਥੇ ਪਹੁੰਚੀਆਂ ਨੇ ਕਿਸਾਨ ਔਰਤਾਂ ਵੀ ਪਹੁੰਚੀਆਂ ਨੇ ਕਿਸਾਨ ਆਗੂ ਵੀ ਪਹੁੰਚੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਜੋ ਵੀ ਕਾਲੇ ਕਾਨੂੰਨ ਨੇ ਖੇਤੀ ਕਾਨੂੰਨ ਬਣਾਏ ਨੇ ਇਹ ਮੌਤ ਦੇ ਬਰੰਟ ਨੇ ਇਹ ਕਹਿ ਰਹੀਆਂ ਨੇ ਨੌਜਵਾਨ ਲੜਕੀਆਂ ਸੋ ਇਹਨਾਂ ਨੇ ਕਿਹਾ ਕਿ ਇਹ ਕਾਨੂੰਨ ਅਸੀਂ ਵਾਪਸ ਕਰਵਾ ਕੇ ਹਟਾਂਗੇ ਪਿੱਛੇ ਨਹੀਂ ਹਟਾਂਗੇ ਅਸੀਂ ਸਾਡੇ ਧਰਨੇ ਪ੍ਰਦਰਸ਼ਨ ਐਵੇਂ ਹੀ ਚੱਲਦੇ ਰਹਿਣਗੇ ਅਤੇ ਅਸੀਂ ਲਗਾਤਾਰ ਇਹ ਧਰਨੇ ਆਉਣ ਵਾਲੇ ਸਮੇਂ 'ਚ ਵੀ ਐਵੇਂ ਹੀ ਜਾਰੀ ਰੱਖਾਂਗੇ ਸੋ ਭਵਾਨੀਗੜ੍ਹ ਤੋਂ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ